ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਦੀ ਵਲੌਗ ਦੀ ਸ਼ੁਰੂਆਤ ਕਰ ਲਈ ਆਪਾਂ, ਟਾਈਮ ਹੋ ਚੁੱਕਾ ਹੈ ਸਵੇਰ ਦਾ 8:15 ਦਾ, ਤੇ ਅੱਜ ਗਰੁੱਪ ਅੱਜ ਬਿਨਾ ਸਪੀਡ ਤੋਂ, ਬਿਨਾ ਕਿਸੇ ਕੀ ਆਂਦੇ ਆ ਚਾਰਜ ਤੋਂ ਚੱਲ ਰਹੇ ਨੇ। ਇਹ ਨਾ ਇਹਨਾਂ ਦਾ ਵੀ ਗੱਲਾਂ ਕਰਨ ਦਾ ਇੱਕ ਟਾਈਮ ਹੀ ਹੁੰਦਾ, ਕਦੋਂ ਹੁੰਦਾ ਮੈਨੂੰ ਪਤਾ, ਜਦੋਂ ਕਮਲ ਸਾਡੇ ਘਰੇ ਆਈ ਹੋਵੇ। ਫਿਰ ਇਹਨਾਂ ਨੇ ਮਤਲਬ ਕਿ ਇਹਨਾਂ ਨੂੰ ਕੋਈ ਨੀ, ਇਹਨਾਂ ਨੇ ਕੋਈ, ਇਹਨਾਂ ਦਾ ਸਿਰ ਦਰਦ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਫਿਰ ਇਹਨਾਂ ਨੇ ਪੂਰੀ ਆਪਣੀ ਰੀਝਾਂ ਲਾਉਣੀ ਕਮਲ ਵਿਚਾਰੀ ਦੀ ਬੇਇੱਜ਼ਤੀ ਤੇ ਨਾਲ ਮੇਰੀ ਕਰਨ ਦੇ ਵਿੱਚ, ਹਨਾ। ਫਿਰ ਸਾਡੀ ਦੋਵਾਂ ਦੀ ਤੇ ਸਾਨੂੰ ਹੁੰਦਾ ਵੀ ਕਿਹੜੇ ਵੇਲੇ ਚੁੱਪ ਕਰੇ ਜਾਂ ਕਿਹੜੇ ਵੇਲੇ ਬਾਹਰ ਜਾਣ ਤੇ ਸਾਡਾ ਸਾਹ ਸੌਖਾ ਹੋਵੇ। ਇਹ ਇਹਨਾਂ ਨੇ ਤੇ ਨਹੀਂ ਤੇ ਸਾਡੀ ਬੇਇੱਜ਼ਤੀ ਕਰ ਕਰਕੇ ਨਾ ਸਾਨੂੰ ਸਤਾਸਤਾ ਹੀ ਮਾਰ ਦਿੰਦੇ। ਬੇਇੱਜ਼ਤੀ ਆ ਜਿਉਣ ਲੱਗੇ ਹੈ। ਬੁੱਢੀਆਂ ਦੀ ਵੀ ਕੋਈ ਉਹ ਹੁੰਦੀ ਆ ਕੀ ਜ਼ਬਾਨ, ਬੁੱਢੀਆਂ ਦੀ ਵੀ ਕੋਈ ਜ਼ਬਾਨ ਹੁੰਦੀ ਆ, ਬੁੱਢੀਆਂ ਨੂੰ ਕੋਈ ਪੁੱਛਦਾ ਨੀ ਯੇ ਵੋ। ਇੱਕ ਉਹ ਬੱਸਾਂ ਵਾਲੀ ਗੱਲ ਲੈ ਕੇ ਤੁਰ ਪੈਂਦੇ ਆ ਇਹ ਬੁੱਢੀਆਂ ਬੱਸਾਂ ਦੀ, ਜਦੋਂ ਸਰਕਾਰੀ ਤੇ ਚੜ੍ਹਦੀਆਂ ਨਾ ਸਰਕਾਰੀ ਬੱਸਾਂ ਵਾਲੇ ਵੀ ਇਹਨਾਂ ਨੂੰ ਟਿਚਰਾਂ ਕਰਦੇ, ਬੱਸ ਗਾਂ ਜਾ ਕੇ ਖਿਲਾਰਦੇ ਬੁੜੀਆਂ, ਫਿਰ ਮਗਰ ਭੱਜਦੀਆਂ, ਫਿਰ ਬੱਸ ਗਾਂ ਬੁੜੀਆਂ ਨੂੰ ਵਟਾਉਂਦੇ ਨੀ ਵਿਚਾਰ ਨੂੰ। ਮਤਲਬ ਅਸੀਂ ਬੱਸਾਂ ਤੇ ਜਾਂਦੇ ਜਿਹੜਾ ਸਾਨੂੰ ਸੁਣਾਉਂਦਾ, ਜੇ ਜਿਹੜੀਆਂ ਜਾਂਦੀਆਂ ਉਹਨਾਂ ਨੂੰ ਜਾ ਕੇ ਕਹੋ। ਨਹੀਂ ਨਹੀਂ ਮੈਂ ਇਹਦਾ ਕਹਿਣ ਦਾ ਭਾਵ ਇਹ ਆ ਵੀ ਲਾਈਨ ਬੜੀ ਤਕੜੀ ਲੱਗੀ ਹੁੰਦੀ ਅੱਡੇ ਦੇ ਵਿੱਚ, ਤੇ ਜਦੋਂ ਉਹ ਬੱਸ ਆਉਂਦੀ ਨਾ ਉਹ ਥੋੜਾ ਅੱਧਾ ਕਿੱਲਾ ਹੀ ਗਾਂ ਲੈ ਜਾਂਦੇ ਤੇ ਇਹ ਲਾਈਨ ਹੀ ਭੱਜ ਜਾਂਦੀ। ਉਹ ਜੇ ਅਸੀਂ ਤੇ ਨਹੀਂ ਨਾ ਹੁੰਦੇ ਅੱਜ ਤੱਕ ਵੇਖਿਆ ਕਦੀ ਸਾਨੂੰ ਹੈ, ਪਰ ਹੈ ਤਾਂ ਬੁੜੀਆਂ ਹੀ ਨਾ ਵਿਚਾਰੀਆਂ, ਦਸ ਬੁੜੀਆਂ। ਫਿਰ ਇੱਥੇ ਤੇ ਬੰਦੇ ਵੀ ਕਵਲ ਕਈ ਤਰੀਕੇ ਦੇ ਹਨਾ, ਕਈ ਮਾੜੇ ਕਈ ਚੰਗੇ, ਫਿਰ ਸਾਰੇ ਇੱਕੇ ਪੰਜੇ ਉਂਗਲਾ ਇੱਕੇ ਬਰਾਬਰ ਥੋੜੀ ਹੁੰਦੇ ਗਾ, ਬੁੜੀਆਂ ਦਾ ਇੱਕ ਬਰਾਬਰ ਹੀ ਨਾ, ਬਸ ਬੁੜੀਆਂ ਇੱਕ ਬਰਾਬਰ, ਬੰਦੇ ਨਹੀਂ ਇੱਕ ਬਰਾਬਰ ਹਨਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ। ਸੋ ਮੇਰੇ ਕਹਿਣ ਦਾ ਭਾਵ ਇਹੋ ਹੀ ਆ, ਮੈਂ ਸਾਰੀਆਂ ਨੂੰ ਇੱਕੇ ਰਸੇ ਰੱਖੂੰਗਾ ਹਣਾ, ਮੈਂ ਸਾਰੀਆਂ ਬੁੜੀਆਂ ਨੂੰ ਇੱਕੇ ਰਸੇ ਰੱਖੂੰਗਾ। ਮੈਂ ਤਾਂ ਕੋਈ ਗੱਲ ਕਰੂੰ ਨਾ ਜਿੱਥੇ ਗੱਲ ਬੁੜੀਆਂ ਸੁਣਦੀਆਂ, ਮਤਲਬ ਕਿ ਬਾਹਰ ਜੋ ਵੀ ਦੂਜੀਆਂ ਬੁੜੀਆਂ ਕਰਨੀਆਂ ਘਰੇ ਆ ਕੇ ਆਪਦੀਆਂ, ਜਿਹੜੀਆਂ ਆਪਣੇ ਘਰ ਦੀਆਂ ਬੁੜੀਆਂ ਉਹਨਾਂ ਨੂੰ ਸੁਣਾ ਸੁਣਾ ਕੇ ਉਹਨਾਂ ਨੂੰ ਗੱਲਾਂ ਕਰਨੀਆਂ ਹਣਾ ਤੁਸੀਂ, ਹਣਾ ਬਿਲਕੁਲ ਠੀਕ ਹੈ। ਕਰੀ ਜਾਓ ਕਰੀ ਜਾਓ, ਸਾਡਾ ਕੀ ਜਾਣਦੇ ਜਦੋਂ ਅਸੀਂ ਉਹਨਾਂ ਦੇ ਵਿੱਚ ਹੁੰਦੇ ਨੀ। ਮੈਂ 15 ਸਾਲ ਹੋ ਗਏ ਆਪਣੇ ਵਿਆਹ ਨੂੰ, ਕਿੱਦਣ ਮੈਨੂੰ ਅੱਜ ਤੱਕ ਬੱਸ 'ਚ ਜਾਂਦੀ ਨੂੰ ਵੇਖਿਆ ਤੇ ਕਿੱਦਣ ਤੁਸੀਂ ਮੈਨੂੰ ਬੱਸ 'ਚ ਜਾਣ ਦਿੱਤਾ। ਮੈਂ ਕਵਲ ਵਿਚਾਰੀ ਨਾਲ ਤਿਆਰੀ ਕਰਦੀ ਰਹੂੰ, ਕਵਲ ਆਪਾਂ ਚੱਲਾਂਗੇ ਅਰਕੀ ਤਰਨ ਤਾਰਨ ਬੱਸ ਤੇ। ਨਹੀਂ ਨਹੀਂ ਬੱਸ ਤੇ ਨੀ ਜਾਣਾ, ਬੱਸ ਤੇ ਭੀੜ ਬੜੀ ਹੁੰਦੀ ਆ, ਬੱਸ ਤੇ ਭੀੜ ਬੜੀ ਹੁੰਦੀ ਆ, ਤੈਨੂੰ ਮੈਂ ਆਪ ਲੈ ਕੇ ਜਾਊਂਗਾ, ਤੈਨੂੰ ਮੈਂ ਆਪ ਲੈ ਕੇ ਜਾਊਂਗਾ। ਸਰਕਾਰੀ ਬੱਸ ਨੂੰ ਉਡੀਕਦੀ ਰਹੂੰਗੀ ਵੀ ਮੈਂ ਉਸ ਰੋਡਵੇਜ ਤੇ ਜਾਣਾ ਜਿੱਥੇ ਕਿਰਾਇਆ ਫ੍ਰੀ ਆ, ਹੈਂ ਦੂਜੀ ਤੇ ਜਾਊਂਗੀ ਮੈਂ ਕਿਰਾਇਆ ਲਾ ਕੇ, ਹੋਰ ਭਾਵੇਂ ਐਕਸਟਰਾ ਦੇ ਕੇ ਨਾ ਜਾਣਾ ਪਵੇ ਨਾ ਕਮਲ, ਇਹੋ ਜਿਹੇ ਬੰਦਿਆਂ ਨੂੰ ਏਦਾਂ ਸੁੱਤਰ ਕਰੇ। ਹੋਰ ਅਗਲੇ ਦਾ ਜਿਵੇਂ ਕਿਰਾਇਆ ਥੋੜਾ ਲੈਂਦੇ ਨਾ ਜ਼ਿਆਦਾ ਦੇ ਕੇ, ਕਿ ਹੁਣ ਨੂੰ ਕਰਨਾ ਪ੍ਰੈਸ, ਚਾਹ ਬਿਸਕਿਟ ਪਏ ਖਾ ਲਓ ਚਾਹ ਦੇ ਨਾਲ, ਅਜੇ ਚਾਹ ਪੀਣੀ ਆ, ਚਾਹ ਪੀਣ ਤੋਂ ਪਹਿਲਾਂ ਹੀ ਚਾਰਜ ਹੋ ਜਾਂਦੇ ਕਿਤੇ, ਮੈਂ ਨੀ ਗੱਲਾਂ, ਸਾਨੂੰ ਤੇ ਚਾਹ ਪੀਣ ਤੋਂ ਪਹਿਲਾਂ ਨੀ ਗੱਲ ਨੀ ਆਉਂਦੀ, ਕਿੰਨਾ ਕੰਮ ਪਿਆ ਜੇ ਮੇਰਾ ਕਰਨ ਵਾਲਾ। ਕਵਲ ਸਾਡੀ ਆ ਗਈ ਅੱਜ, ਕਵਲ ਨੇ ਕੱਲ ਨਹੀਂ ਆਈ ਤੇ ਕੱਲ ਸਾਰਾ ਕੰਮ ਮੈਨੂੰ ਕਰਨਾ ਪਿਆ। ਮੈਂ ਤੇ ਇੱਕ ਵਾਰੀ ਐ ਕਵਲ ਪਸੀਨਿਓ ਪਸੀਨੀ ਹੋ ਗਈ, ਨਾਲੇ ਮਨ ਚ ਕੱਢਾ ਤੈਨੂੰ ਗਾਲਾਂ। ਪਰ ਇਹ ਹੀਗਾ ਕਿ ਮੈਨੂੰ ਇਹ ਵੀ ਸ਼ੁਕਰ ਹੈ ਇਹਨੇ ਮੈਨੂੰ ਟਾਈਮ ਨਾਲ ਦੱਸਤਾ, ਜੇ ਮੈਨੂੰ ਟਾਈਮ ਨਾਲ ਨਾ ਦੱਸਿਆ ਹੁੰਦਾ ਨਾ ਤੇਰੀ ਹਨੇਰੀ ਹੋਰ ਬੜੀ ਆਉਣੀ ਮੇਰੇ ਤੋਂ। ਹਾਂ ਸ਼ੁਕਰ ਹੈ ਕਿਤੇ ਕਰਤਾ, ਜੇ ਨਾ ਕੀਤਾ ਹੁੰਦਾ ਨਾ ਤੇ ਜੇ ਮੈਨੂੰ ਮੈਂ ਡੀਕ 9 ਵਜੇ ਤੱਕ ਕੰਮ ਕਰਦੀ ਨਾ ਫਿਰ ਤੇ ਮੈਂ ਮਨ ਚ ਤੈਨੂੰ ਇੰਨੀਆਂ ਗਾਲਾਂ ਕੱਢਣੀਆਂ ਹੈਗੀਆਂ, ਮਨ ਚ ਕੀ ਸਾਹਮਣੇ ਵੀ ਕੱਢਣੀਆਂ ਹੈਗੀਆਂ ਤੈਨੂੰ।
ਕੌਣ? ਨਹੀਂ ਨਹੀਂ ਉਦੋਂ ਨੂੰ ਤੇ ਫਿਰ ਮੈਂ ਰੈਸਟ ਮੋਡ ਤੇ ਹਾਂ ਜਦੋਂ ਤੂੰ ਰੋਂਦੀ ਹਾਂ, ਨਾ ਮੈਂ ਤੈਨੂੰ ਇੰਨੀਆਂ ਗਾਲਾਂ ਹੀ ਕੱਢੀਆਂ, ਨਾ ਮੈਨੂੰ ਤੈਨੂੰ ਪੁੱਛਿਆ ਹੀ, ਕਿਉਂਕਿ ਤੂੰ ਮੈਨੂੰ ਦੱਸਦਾ ਹੈ ਨਾ ਟਾਈਮ ਨਾਲ, ਟਾਈਮ ਨਾਲ ਯਾਰ ਦੱਸੇ ਦਾ ਬੜਾ ਫਰਕ ਪੈਂਦਾ ਬੰਦੇ ਦਾ। ਉਦੋਂ ਦਾ ਬੁਖਾਰ ਚੜਿਆ ਈ ਮੈਨੂੰ ਆਪਣੀ ਲਾਈਫ ਦੇ ਵਿਚ, ਉਹ ਵੀ ਕੰਬ ਕੰਬ ਕੇ। ਉਹ ਇੱਕੇ ਵਾਰੀ ਕਸਰਾਂ ਕੱਢ ਲਈਆਂ ਨਾ ਬੁਖਾਰ ਨੇ। ਹਾਂ ਉਹ ਵੀ ਇੱਕੇ ਵਾਰੀ ਕਸਰਾਂ ਕੱਢੀਆਂ, ਨਿਕਲਦੀਆਂ ਉਹ ਨਚੋੜਤਾ ਹੈ ਹਮੇ ਦਸ ਬੱਚੇ ਚੌਪੜੇ ਕੋਬੇ ਛੱਡ ਕੇ ਜਾਂਦੇ ਆ ਲਗਭਗ। ਵਾਗਣ ਨੂੰ ਇਹ ਹੁੰਦਾ ਕਿ ਬਸ ਛੇਤੀ ਛੇਤੀ ਛੁੱਟੀ ਹੋ ਗਈ ਤੇ ਹੁਣ ਘਰੇ ਪਹੁੰਚ ਚੁੱਕੀ ਹੈ ਨਾ, ਆਪਾਂ ਨੂੰ ਵੀ ਬੜਾ ਹੁੰਦਾ ਸੀ ਨਾ ਛੁੱਟੀ ਹੋ ਗਈ ਘਰੇ ਭੱਜ ਗਈ, ਘਰੇ ਭਾਵੇਂ ਜਾ ਕੇ ਮੰਮੀ ਤੋਂ ਗਾਲਾਂ ਹੀ ਖਾਣੀਆਂ ਮੈਂ ਹਣਾ। ਹਾਂ ਚਾਹ ਵੇਲਾ ਕਿੰਨਾ ਹੁੰਦਾ ਬੱਚਿਆਂ ਨੂੰ ਘਰੇ ਜਾਣ ਦਾ, ਘਰੇ ਭਾਵੇਂ ਜਾ ਕੇ ਉਧਰੋਂ ਮੰਮੀ ਨੇ ਭਾਂਡੇ ਰੱਖੇ ਹੋਣ ਗੜੀ ਮਾਂਜਣ ਵਾਸਤੇ, ਮੇਰੀ ਮੰਮੀ ਨੇ ਤੇ ਚਲੋ ਆਉਂਦਿਆਂ ਨੀ ਕੰਮ ਕਰਾਇਆ ਹੁੰਦੀ ਸੀਗੀ, ਜਦੋਂ ਅਸੀਂ ਸਿਆਣੀਆਂ ਹੋਈਆਂ ਨਾ ਆਪਣੀ ਸੰਭਾਲ ਦੇ ਵਿੱਚ, ਸ਼ਾਮ ਦਾ ਕੰਮ ਸਾਡਾ ਹੀ ਹੁੰਦਾ ਸੀ ਤਿੰਨਾਂ ਭੈਣਾਂ ਦਾ, ਤੇ ਸਵੇਰੇ ਵੀ ਇੱਕ ਜਣੇ ਨੇ ਝਾੜੂ ਲਾਉਣਾ, ਤਿੰਨਾਂ ਦੀ ਪੱਕੀ ਡਿਊਟੀ, ਇੱਕ ਨੇ ਝਾੜੂ ਲਾਉਣਾ, ਇੱਕ ਨੇ ਸਸੀ ਭਾਜੀ ਬਣਾਉਣੀ ਤੇ ਇੱਕ ਨੇ ਉਹ ਕਰਕੇ ਜਾਣਾ ਆਟਾ ਗੁੰਨ ਕੇ ਰੋਟੀਆਂ ਬਣਾਉਣੀਆਂ। ਸਕੂਲ ਦੀਆਂ ਦੇ ਬਣਾਉਂਦੇ ਹੀ ਹੁੰਦੇ ਹਾਂ, ਬਾਕੀ ਤੇ ਚੱਲ ਮੈਂ ਮੰਮੀ ਲਾ ਹੀ ਲੈਂਦੀ ਹੁੰਦੀ ਸੀ ਜਿਹਨੂੰ ਪ੍ਰੈਸ ਹੀ ਆ। ਲੋ ਗਾਇਸ ਮੈਂ ਕੱਪੜੇ ਜੋੜ ਲਏ ਪਿਛਲੇ ਅੱਧੇ ਪੌਣੇ ਘੰਟੇ ਤੋਂ, ਮੈਂ ਕੱਪੜੇ ਜੋੜਨ ਬੈਠੀ ਹਾਂ ਤੇ ਕਵਲ ਦੇ ਨਾਲ ਮੇਰੀਆਂ ਗੱਲਾਂ ਹੀ ਨਹੀਂ ਖਤਮ ਹੁੰਦੀਆਂ, ਪਹਿਲਾਂ ਸਾਡੀਆਂ ਰੀਲਾਂ ਨਹੀਂ ਖਤਮ ਹੁੰਦੀਆਂ, ਰੀਲਾਂ ਬਣਾ ਬਣਾ ਕੇ ਅਸੀਂ ਆਹ ਜਿਹੜਾ ਕੱਪੜੇ ਜੋੜ, ਇੰਨੇ ਕੱਪੜੇ ਸੀ ਸਿਰਫ ਚਾਰ ਕੱਪੜੇ ਜਿਨ੍ਹਾਂ ਨੂੰ ਜੋੜਨ ਲਈ ਅੱਧਾ ਘੰਟਾ ਲਾਇਆ, ਕਦੀ ਇਹਨਾਂ ਨੂੰ ਫੜ ਕੇ ਬਹਿ ਜਾਂਦੇ, ਕਦੀ ਇਹਨਾਂ ਨੂੰ ਰੱਖ ਕੇ ਬਹਿ ਜਾਂਦੇ, ਤੇ ਹਾਰ ਕੇ ਕਵਲ ਜਿਹੜੇ ਕਵਲ ਦੀਆਂ ਗੱਲਾਂ ਸਟਾਰਟ ਹੋ ਗਈਆਂ ਤੇ ਫਿਰ ਕਵਲ ਨਾਲ ਗੱਲਾਂ ਬਾਤਾਂ ਕਰ ਲਾ ਪਈ, ਕਿਉਂਕਿ ਮੈਨੂੰ ਵੀ ਇਹੋ ਟਾਈਮ ਹੁੰਦਾ ਕਿ ਕਵਲ ਚੱਲ ਆਈ ਆ ਤੇ ਇਹਦੇ ਨਾਲ ਗੱਲਾਂ ਬਾਤਾਂ ਕਰ ਲਈਏ, ਮੁੜ ਕੇ ਇਹਨੇ ਚਲੇ ਜਾਣਾ ਵਾ, ਤੇ ਇਸ ਕਰਕੇ ਫਿਰ ਮੈਂ ਇਹ ਚੱਲੀ ਸੀਗੀ। ਉਹ ਕਹਿੰਦੇ ਹੁੰਦੇ ਨਾ ਕੁੜੀਆਂ ਬੁੱਢੀਆਂ ਮਤਲਬ ਗੱਲਾਂ ਦੀਆਂ ਐਡੀਆਂ ਉਹ ਹੁੰਦੀਆਂ ਨਾ ਪੱਕੀਆਂ ਚਸਕਾ ਬੁੱਢੀਆਂ ਨੂੰ, ਰਾਤ ਮੇਰਾ ਬੰਦ ਹੋਣੀ ਵਾਲਾ ਜੇ ਤੇ ਇਹ ਜੇ ਤੇ ਵੀਡੀਓ ਪੜ ਕੇ ਸੇਵ ਹੋ ਗਈ ਤੇ ਹੋ ਗਈ। ਹੁਣ ਮੈਂ ਰਾਤ ਕੀ ਕੀਤਾ ਸੀਗਾ, ਥੋੜ੍ਹਾ ਜਿਹਾ ਬੇਸਣ ਲੈ ਕੇ ਉਹਦੇ ਵਿੱਚ ਕੋਕੋਨਟ ਆਇਲ ਪਾ ਕੇ ਥੋੜ੍ਹਾ ਜਿਹਾ ਦੁੱਧ ਪਾਇਆ, ਉਹਨੂੰ ਮਿਕਸ ਕੀਤਾ, ਉਹਨੂੰ ਫੇਸ ਤੇ ਲਾਇਆ ਕੋਕੋਨਟ ਆਇਲ ਤੇ ਉਹ ਤੇ ਅੰਦਰ ਕੱਚਾ ਦੁੱਧ। ਹਾਂ ਕੱਚਾ ਦੁੱਧ ਦੇ ਅੰਦਰ ਬਹੁਤ ਜੇ ਗਾਂ ਨਾ ਮਿਲ ਜੇ ਉਸ ਤੋਂ ਵੀ ਲੰਗਿਆ। ਹਾਂ ਤੇ ਮੈਂ ਨਾ ਉਹ ਤਿੰਨੇ ਚੀਜ਼ਾਂ ਮਿਕਸ ਕਰਕੇ ਲੰਘਾ, ਤੁਸੀਂ ਹਿਸਾਬ ਲਾਓ ਕਿ ਮੇਰੇ ਮਤਲਬ ਜਦੋਂ ਮੈਂ ਫੇਸ ਤੋਂ ਐ ਕਰਕੇ ਉਹਨੂੰ ਰੱਬ ਕੀਤਾ ਨਾ, ਮਤਲਬ ਜਿੰਨੀ ਡਸਟ ਸੀ ਨਾ ਸਾਰੀ ਉਹਦੇ ਵਿੱਚ ਅਬਜ਼ਰਵ ਹੋ ਗਈ, ਇਕਦਮ ਕਾਲਾ ਕਾਲਾ ਬਣ ਕੇ ਲੱਥਿਆ ਹੋ। ਹਾਂ ਰਿਮੂਵ ਹੋ ਜਾਂਦੀ। ਹਾਂ ਚਲੋ ਗਾਈਸ ਮੈਂ ਵੀ ਜਾਣਾ ਵਾ, ਇਹਨਾਂ ਨੇ ਪਿਛਲੇ ਇੱਕ ਘੰਟੇ ਤੋਂ ਮੈਂ ਵਿਹਲੀ ਹਾਂ, ਇਹਨਾਂ ਨੇ ਮੇਰੇ ਨਾਲ ਮਤਲਬ ਇੱਦਾਂ ਹੀ ਆਪਣੇ ਨਾਲ ਲੜਾਇਆ ਹੋਇਆ। ਕਮਲ 2 ਮਿੰਟ, ਕਮਲ 5 ਮਿੰਟ, ਕਮਲ ਵਿਹਲਾ ਤੂੰ ਹੁਣ ਹੀ ਤੇ ਆਈ ਆ, ਕਮਲ ਯਾਰ ਤੂੰ ਬਾਅਦ ਚੱਲ ਜਾਣਾ ਵਾ, ਤੂੰ ਤੇ ਸ਼ਾਮਾਂ ਨੂੰ ਵੀ ਟਾਈਮ ਨਾਲ ਨਹੀਂ ਆਉਂਦੀ, ਇੱਦਾਂ ਇਮੋਸ਼ਨਲੀ ਅੱਤਿਆਚਾਰ ਕਰਕੇ ਤੇ ਮੈਨੂੰ ਰੋਕ ਲੈਂਦੇ ਆ। ਅੱਜ ਇਹ ਗਾਈਸ ਵਿਹਲੀ ਸੀ, ਅੱਜ ਇਹਨੇ ਦੂਸਰੇ ਘਰ ਉੱਧਰ ਨਹੀਂ ਜਾਣਾ ਤੇ ਇਸ ਕਰਕੇ ਮੈਨੂੰ ਕਿਹਾ ਮੈਂ ਚੱਲ ਕੋਈ ਨਹੀਂ
ਨਹੀਂ ਤਾਂ ਹੋ ਜਾਣੀ ਯਾਰ, ਗਰਮੀ ਬੜੀ ਆ ਅਸਲ ਚ। ਚਲੋ ਬਾਏ 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 ਬਾਏ। ਏਡਾ ਗੱਲਾਂ ਦਾ ਚਸਕਾ ਹੁੰਦਾ ਵਾ ਨਾ, ਬੇਸ਼ੱਕ ਕੰਮ ਲੇਟ ਹੁੰਦਾ ਹੋ ਜੇ, ਪਰ ਗੱਲਾਂ ਜਦੋਂ ਕਰਨ ਬਹਿ ਗਈਆਂ ਨਾ, ਇਹਨਾਂ ਇਹ ਨਹੀਂ ਵੇਖਣਾ ਵੀ ਸਾਨੂੰ ਧੁੱਪ ਚੜ੍ਹਨ ਦਈ ਆ, ਅਸੀਂ ਲੇਟ ਹੁੰਦੇ, ਮਤਲਬ ਕਿ ਲੜੀ ਨਹੀਂ ਟੁੱਟਣੀ ਚਾਹੀਦੀ ਹੈ ਨਾ, ਇੱਕ ਲੜੀ ਨਹੀਂ ਟੁੱਟਣੀ ਚਾਹੀਦੀ ਵਿੱਚੋਂ। ਓਨਾ ਟਾਈਮ ਨਹੀਂ ਹੈ ਨਾ ਹੁੰਦਾ ਮਿਲਦਾ। ਅਤੇ ਯਾਰ ਮੈਨੂੰ ਆਪਣਾ ਫੇਸ ਨਾ ਪਤਾ ਨਹੀਂ ਕਿਉਂ ਬੜਾ ਵਧੀਆ ਲੱਗਣ ਦਿਆ ਫੋਨ ਦੇ ਵਿੱਚ, ਨੈਣ ਨਕਸ਼ੇ ਮੈਨੂੰ ਆਪਣੇ ਬੜੇ ਹੀ ਸੋਹਣੇ ਲੱਗਣ ਦੇ ਇਸ ਟਾਈਮ, ਪਤਾ ਨਹੀਂ ਕਿਉਂ। ਕਦੀ ਕਦੀ ਕਈ ਕਈ ਵਾਰ ਆਪਾਂ ਨੂੰ ਤੇ ਆਪਾਂ ਨੂੰ ਮਤਲਬ ਕਿ ਆਪਾਂ ਇੰਨੇ ਸੋਹਣੇ ਲੱਗਦੇ, ਅਤੇ ਕਈ ਵਾਰ ਆਪਾਂ ਨੂੰ ਇੰਨੇ ਬੇਕਾਰ ਲੱਗਦੇ ਨਾ। ਅੱਜ ਮੈਨੂੰ ਕਮਲ ਕਹਿੰਦੀ ਆਂਟੀ ਤੁਹਾਡਾ ਰੰਗ ਬੜਾ ਸਾਫ਼ ਆ, ਤੁਸੀਂ ਬੜੇ ਸੋਹਣੇ ਲੱਗਦੇ। ਮੈਂ ਉਹ ਵੇਖੀ ਜਦੋਂ ਸਿਆਲ ਆ ਗਿਆ ਨਾ, ਵੇਖਣ ਨੂੰ ਜੀ ਨਹੀਂ ਕਰਨਾ, ਆਪਦਾ ਮੂੰਹ ਵੇਖਣ ਨੂੰ, ਆਪਣੇ ਆਪ ਨੂੰ ਨਹੀਂ ਵੇਖਣ ਨੂੰ ਜੀ ਕਰਨਾ, ਅਤੇ ਕਿਸੇ ਨੇ ਤਾਂ ਤਾਰੀਫ਼ ਕੀ ਕਰਨੀ ਹੈ। ਗਰਮੀਆਂ 'ਚ ਤਾਰੀਫ਼ ਮਿਲਦੀ, ਕਿਉਂਕਿ ਗਰਮੀਆਂ 'ਚ ਪਤਾ ਨਹੀਂ ਕਿਉਂ ਰੰਗ ਨਿਖਰ ਜਾਂਦਾ ਆਪਣਾ। ਅਤੇ ਹੁਣ ਇਹ ਕੱਪੜੇ ਤਹਿ ਕਰ ਲਏ ਆ, ਅਤੇ ਕਵਲ ਨੂੰ ਮੈਂ ਬਿਠਾ ਕੇ ਰੱਖਿਆ, ਕਵਲ ਚੱਲੀ ਸੀ, ਅਤੇ ਕਵਲ ਕਹਿੰਦੀ ਆਂਟੀ ਮੈਂ ਲੇਟ ਹੁੰਦੀ, ਮੈਂ ਜਾ ਕੇ ਤਿਆਰ ਹੋਈ ਹੋਣਾ। ਮੈਂ ਚੱਲ ਕੋਈ ਨਹੀਂ 10 ਮਿੰਟ ਹੋਰ, ਉਹ 10 ਮਿੰਟ ਕਰਦਿਆਂ 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 ਮੈਨੂੰ ਲੱਗਦਾ ਸਾਡਾ ਅੱਧਾ ਘੰਟਾ ਨਿਕਲ ਚੱਲਿਆ, ਅਤੇ ਉਹਨੇ ਵਿਚਾਰੀ ਨੇ ਜਾਣਾ ਵਾ, ਅਤੇ ਕੀ ਕਰਨ ਲੱਗ ਪਈ ਹੋਣਾ, ਆਪਣਾ ਫੇਸ ਉਹ ਜਾ ਕੇ ਆਪਣਾ ਫੇਸ ਸ਼ੀਸ਼ੇ ਦੇ ਵਿੱਚ ਵੇਖਣ ਲੱਗ ਪਈ। ਉਹ ਹੋ ਜਾਂਦਾ ਹੁੰਦਾ, ਪਰ ਇਹਨੂੰ ਛਿੱਲੀ ਨਾ, ਛਿੱਲੀ ਗਈ ਜਦੋਂ ਆਵੇ ਕਿ ਮੇਰੇ ਇੱਥੇ ਹੋ ਜਾਣਾ, ਅਤੇ ਜਦੋਂ ਆਪਾਂ ਇਹਨੂੰ ਬਾਰ ਬਾਰ ਐਂ ਕਰੀ ਜਾਂਦੇ ਨਾ, ਹੱਥ ਲਾਈ ਜਾਂਦੇ। ਹੁਣ ਮੈਂ ਇੱਕ ਗੱਲ ਜ਼ਿਆਦਾ ਨੋਟ ਕੀਤੀ ਆ, ਜਿੰਨਾ ਆਪਾਂ ਨੂੰ ਟੱਚ ਕਰਾਂਗੇ ਓਨਾ ਹੀ ਉਹ ਜਿਹੜਾ ਵਾ ਉਹ ਵਧੂਗਾ। ਹੁਣ ਇਹਨੂੰ ਮੈਂ ਬਿਲਕੁਲ ਟੱਚ ਨਹੀਂ ਕੀਤਾ, ਅਤੇ ਇਸ ਕਰਕੇ ਇਹ ਵੇਲਾ ਉੱਥੇ ਹੀ ਬੈਠ ਗਿਆ। ਮੇਰੇ ਅੱਜ ਹੋਇਆ ਨਾ, ਅਤੇ ਸਵੇਰ ਤੱਕ ਮੇਰੇ ਕਲੀਅਰ ਹੋ ਗਿਆ ਸੀ ਆਪਣੇ ਆਪ ਹੀ। ਉਹ ਫਿਰ ਹੋਊਗਾ ਅਜੇ ਤਾਂ ਕਰਕੇ। ਤੇ ਫੇਸ ਦੀ ਕੇਅਰ ਆ ਕਹਿੰਦੇ ਨਾ, ਆਪਣੇ ਸਰੀਰ ਦੀ ਤੇ ਆਪਣੇ ਫੇਸ ਦੀ ਕੇਅਰ ਸਭ ਤੋਂ ਜ਼ਿਆਦਾ ਜ਼ਰੂਰੀ ਆ। ਹਾਂ ਚੌਲ ਇੱਕ ਮੈਂ ਵੇਖਣ ਦੀ ਆ, ਸ਼ਕਰਗੰਦੀ ਕਵਲ, ਸ਼ਕਰਗੰਦੀ ਮਿਲਣਾ ਕਿਤੋਂ। ਕੱਲ੍ਹ ਮੈਂ ਇੱਕ ਵੇਖਿਆ ਟਿਪ, ਸ਼ਕਰਗੰਦੀ ਲੈ ਕੇ ਉਹ ਜਿਹੜੀ ਰੈੱਡ ਕਲਰ ਦੀ ਸ਼ਕਰਗੰਦੀ ਉਹ ਲੈ ਕੇ ਉਹਦਾ ਯੂਜ ਕਰਦੀ ਕਿ ਮਤਲਬ ਤਾਂ ਪਾਣੀ ਲੈ ਕੇ ਥੋੜ੍ਹਾ ਜਿਹਾ, ਅਤੇ ਨਾਲ ਵਿੱਚ ਐਲੋਵੇਰਾ ਮਿਕਸ ਕਰਕੇ ਤੂੰ ਵੇਖਿਆ ਆਪਣੇ ਫੇਸ 'ਤੇ ਲਗਾਓ, ਤੇ ਕਹਿੰਦੇ ਐਂ ਮਤਲਬ ਕਿ ਤੁਹਾਡਾ ਫੇਸ ਨੈਚੁਰਲ ਜਿਹਾ ਹੋ ਜਾਂਦਾ ਹੈ, ਬਲਸ਼ ਪਾਇਆ ਹੁੰਦਾ, ਤੇ ਉਦਾਂ ਵੀ ਨਾ ਮਤਲਬ ਕਿ ਐਂ ਮਤਲਬ ਪੂਰਾ ਚਮਕੂਗਾ। ਆਪਣੀਆਂ ਜਿਹੜੀਆਂ ਚਿਕਸ ਹੁੰਦੀਆਂ ਨਾ ਇਹ, ਤੇ ਆਪਣੇ ਲਿਪਸ ਉਹ ਪਿੰਕ ਹੁੰਦੇ ਆ, ਇੱਕ ਜਿਹੜੀਆਂ ਅੱਖਾਂ ਉਹ ਫਿਰ ਹੁੰਦੀ ਪਿੰਕ ਜੀ ਹੈ ਨਾ, ਪਿੰਕ ਜੀ ਹਾਂ, ਅੱਖਾਂ ਦੀ ਆ ਚੀਜ਼ ਆ, ਇਹਨਾਂ ਵਿੱਚ ਵੀ ਪਿੰਕ ਜਿਹਾ ਕਲਰ ਆਇਆ। ਯਾਰ ਸ਼ਕਰਗੰਦੀ ਮਿਲੇ, ਮੈਂ ਇੱਕ ਵਾਰੀ ਯੂਜ਼ ਕਰਕੇ ਵੇਖਣੀ, ਜਦੋਂ ਆਪਾਂ ਨਵਾਂ ਕੋਈ ਇੱਦਾਂ ਮਤਲਬ ਵੇਖ ਲਈਏ ਨਾ ਨੁਕਸਾ, ਫਿਰ ਹੁੰਦਾ ਕਿ ਇਹਨੂੰ ਯੂਜ਼ ਕਰਕੇ ਵੇਖੀਏ। ਪਰ ਕਹਿੰਦੇ ਹਰੇਕ ਮਤਲਬ ਕਿ ਹਰੇਕ ਰੈਮੇਡੀ ਬਣੀ ਆਪਣੇ ਆਪ 'ਤੇ ਟਰਾਈ ਕਰ ਲਈ ਚਾਹੀਦੀ, ਕੋਈ ਮਤਲਬ ਕਿਸੇ ਦਾ ਆਪਾਂ ਨੂੰ ਸਾਈਡ ਇਫੈਕਟ ਵੀ ਹੋ ਸਕਦਾ। ਹੁਣ ਜਿਵੇਂ ਟਮਾਟਰ, ਨਿੰਬੂ, ਦਹੀਂ, ਬੇਸਣ, ਹਲਦੀ, ਇਹ ਮੈਂ ਨਹੀਂ ਲਾਵਾਂ, ਇਹ ਵਧੀਆ ਹੁੰਦੀਆਂ ਵਾ, ਇਹਨਾਂ ਦੇ ਨਹੀਂ ਹੁੰਦੀਆਂ ਵਧੀਆ। ਪਰ ਇਹ ਚੀਜ਼ਾਂ ਮੈਂ ਆਪਣੇ ਉਹ ਹਰ ਇੱਕ ਚੀਜ਼ ਦਾ ਆਪੋ ਆਪਣਾ ਹੁੰਦਾ।
ਕਰਕੇ ਨਾ ਥੋੜੀਆਂ ਕਲਿਪਸ ਜਿਹੜੀਆਂ ਮੈਂ ਐਡ ਕੀਤੀਆਂ ਵਾ ਨਾ ਤੁਸੀਂ ਅੱਗੇ ਦੇਖੋਗੇ। ਇਹ ਨਾ ਮੈਂ ਤੇ ਕਵਲ ਕੱਲ ਰੀਲ ਬਣਾ ਰਹੇ ਸੀਗੇ ਇੱਕ, ਜਿਹਦੇ ਵਿੱਚ ਅਸੀਂ ਦੋਨਾਂ ਨੇ ਮਾਂ ਧੀ ਦਾ ਰੋਲ ਕੀਤਾ ਕਿ ਕਿੱਦਾਂ ਦੋਵਾਂ ਮਾਵਾਂ ਧੀਆਂ ਦੀ ਨਾ ਆਪਸ ਦੇ ਵਿੱਚ ਸਾਰਾ ਦਿਨ ਕੰਮ ਕਾਰ ਦੇ ਉੱਤੋਂ ਛੋਟੀ 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 ਨੁੱਕ ਚੋਕ ਹੁੰਦੀ ਰਹਿੰਦੀ ਆ, ਅਤੇ ਕਿੱਦਾਂ ਇੱਕ ਮਾਂ ਜਿਹੜੀ ਆਪਣੀ ਧੀ ਨੂੰ ਸਾਰਾ ਦਿਨ ਕਰਦੀ ਰਹਿੰਦੀ ਆ, ਆਹ ਕੰਮ ਕਰ ਲਾ ਆਹ ਕੰਮ ਕਰ ਲਾ, ਹਾਏ ਜੇ ਤੂੰ ਨਾ ਕਰੇਂਗੀ ਤਾਂ ਤੇਰੀ ਸੱਸ ਤੈਨੂੰ ਗਾਂਹ ਕੀ ਆਖਿਆ ਕਰੂਗੀ। ਅਤੇ ਇੱਕ ਕਲਿਪਸ ਜਿਹੜੀਆਂ ਤੁਸੀਂ ਵੇਖੋਗੇ ਨਾ ਇਹ ਇਸ ਬੇਸ 'ਤੇ ਜਿਹੜੀਆਂ ਵਾ ਇਹ ਆਪਾਂ ਇੱਕ ਰੀਲ ਬਣਾਈ ਸੀਗੀ ਅਤੇ ਜਿਹੜੀ ਕਿ ਆਪਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਐਡ ਕੀਤੀ ਆ, ਤੁਸੀਂ ਉੱਥੇ ਜਾ ਕੇ ਵੇਖ ਸਕਦੇ ਜੇ ਆਪਣਾ ਇੰਸਟਾਗ੍ਰਾਮ ਪੇਜ ਹੈਗਾ ਵਾ ਸੰਤੂ ਸੁਮਨਦੀਪ ਦੇ ਨਾਮ 'ਤੇ, ਅਤੇ ਜਾਂ ਫਿਰ ਪੰਜਾਬੀ ਲਾਈਫ ਸਟਾਈਲ ਹੋਮ ਤੁਸੀਂ ਸਰਚ ਕਰੋਗੇ ਅਤੇ ਤੁਹਾਨੂੰ ਮਿਲ ਜਾਏਗਾ ਸੰਧੂ ਸੁਮਨਦੀਪ, ਕੋਈ ਸਪੇਸ ਨਹੀਂ ਕੋਈ ਕੁਛ ਨਹੀਂ ਸੰਧੂ ਸੁਮਨਦੀਪ, ਅਤੇ ਇਹਦੇ 'ਤੇ ਵੀ ਤੁਸੀਂ DIPDeep ਲਗਾਓਗੇ ਅਤੇ ਤੁਸੀਂ ਜਿਹੜਾ ਕਿ ਆਪਣਾ ਇੰਸਟਾਗ੍ਰਾਮ ਪੇਜ ਜਿਹੜਾ ਉੱਥੇ ਇੰਸਟਾਗ੍ਰਾਮ 'ਤੇ ਵੀ ਆਪਾਂ ਨੂੰ ਫੋਲੋ ਕਰ ਸਕਦੇ ਜੇ, ਅਤੇ ਨਾਲੇ ਆਪਣੀਆਂ ਬਹੁਤ ਹੀ ਫਨੀ ਫਨੀ ਅਤੇ ਬਹੁਤ ਹੀ ਮਜ਼ੇਦਾਰ ਰੀਲਸ ਤੁਹਾਨੂੰ ਉੱਥੇ ਵੇਖਣ ਨੂੰ ਮਿਲਣਗੀਆਂ। ਅਤੇ ਇੱਕ ਕਲਿਪਸ ਜਿਹੜੀਆਂ ਅੱਗੇ ਆਪਾਂ ਐਡ ਕਰ ਰਹੇ ਹਾਂ ਇਹ ਵੀ ਆਪਾਂ ਇੱਕ ਰੀਲ ਬਣਾਈ ਸੀ ਅਤੇ ਮੈਂ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਈਏ ਅਤੇ ਦੇਖੋ ਤੁਸੀਂ। ਹਾਏ ਮੈਂ ਮਰ ਜਾ, ਮੈਂ ਕਦੋਂ ਦੇ ਆਹ ਕੱਪੜੇ ਰੱਖ ਕੇ ਗਈ ਆ ਵੀ ਕੱਪੜੇ ਜੋੜ ਲਾ, ਮੈਂ ਬਾਹਰੋਂ ਸਾਰਾ ਕੰਮ ਕਰਕੇ ਆ ਗਈ ਤੇ ਤੂੰ ਜੇ ਕੱਪੜੇ ਨਹੀਂ ਜੋੜੇ ਗਏ, ਕਦੋਂ ਦੀ ਤੂੰ ਫੋਨ ਤੇ ਲੱਗੀ ਆ ਵੀ ਯਾਰ, ਹੁਣੇ ਲੱਗੀ 2 ਮਿੰਟ ਪਹਿਲਾਂ ਤੁਹਾਡੇ ਤੋਂ। ਐਹੋ ਕੁਝ ਸੋਹਰੇ ਜਾ ਵੇਲਾ ਨੇ ਮਹਾਰਾਣੀ ਨੇ ਭਾਂਡੇ ਵੀ ਨਹੀਂ ਮਾਂਜੇ, ਭਾਂਡੇ ਵੀ ਰਸੋਈ ਚ ਉਦਾਂ ਹੀ ਪਏ ਆ। ਨਹੀਂ ਇਹ ਕੰਮ ਇੱਥੇ ਤੇ ਚੱਲ ਜਾਣਗੇ, ਸੋਹਰੇ ਜਾ ਕੇ ਥੋੜੀ ਚੱਲਣੇ ਸੱਸ ਤੇਰੀ, ਕੀ ਆਖੋਗੀ ਇਹਦੀ ਮਾਂ ਨੇ ਬਸ ਇਹਨੂੰ ਫੋਨ ਵੇਖਣਾ ਹੀ ਸਿਖਾਇਆ, ਕੰਮ ਕਰਨੇ ਨਹੀਂ ਸਿਖਾਏ ਘਰ ਦੇ। ਯਾਰ ਮੰਮੀ ਤੁਹਾਡੇ ਸਿਰ ਤੇ ਤੇ ਐਸ਼ ਕਰਨੀ ਆ। ਐਸ਼ ਕਰਨੀ ਆ, ਹੁਣ ਹੀ ਕਰ ਲੈ ਐਸ਼, ਬਾਅਦ ਜਦੋਂ ਸਹੁਰੇ ਜਾ ਕੇ ਕੰਮ ਕਰਨੇ ਪੈਣਾ ਫਿਰ ਵੇਖੀ ਕਿੱਡੀ ਔਖੀ ਹੁੰਦੀ ਤੂੰ। ਵੇਲਾ ਨੇ ਮਹਾਰਾਣੀ ਨੇ ਭਾਂਡੇ ਵੀ ਨਹੀਂ ਮਾਂਜੇ, ਭਾਂਡੇ ਵੀ ਰਸੋਈ ਚ ਉਦਾਂ ਹੀ ਪਏ ਆ। ਨਹੀਂ ਇਹ ਕੰਮ ਇੱਥੇ ਤੇ ਚੱਲ ਜਾਣਗੇ, ਸਹੁਰੇ ਜਾ ਕੇ ਥੋੜੀ ਚੱਲਣੇ ਸੱਸ ਤੇਰੀ, ਕੀ ਆਖੋਗੀ ਇਹਦੀ ਮਾਂ ਨੇ ਬਸ ਇਹਨੂੰ ਫੋਨ ਵੇਖਣਾ ਹੀ ਸਿਖਾਇਆ, ਕੰਮ ਕਰਨੇ ਨਹੀਂ ਸਿਖਾਏ ਘਰ ਦੇ। ਯਾਰ ਮੰਮੀ ਤੁਹਾਡੇ ਸਿਰ ਤੇ ਐਸ਼ ਕਰਨੀ ਆ। ਐਸ਼ ਕਰਨੀ ਆ, ਹੁਣ ਹੀ ਕਰ ਲੈ ਐਸ਼, ਬਾਅਦ ਜਦੋਂ ਸਹੁਰੇ ਜਾ ਕੇ ਕੰਮ ਕਰਨੇ ਪੈਣਾ ਫਿਰ ਵੇਖੀ ਕਿੱਡੀ ਔਖੀ ਹੁੰਦੀ ਤੂੰ। ਲੈ ਹੁਣ ਜੇ ਝਾੜੂ ਲਾਉਣ ਲੱਗੀ ਆ ਤੇ ਵੇਖਦੇ ਝਾੜੂ ਲਾਉਣਾ ਸਾਰਾ ਕੂੜਾ ਬੈੱਡ ਥੱਲੇ ਵੜ ਜਾਣੀ, ਤੂੰ ਮੈਨੂੰ ਗੱਲਾਂ ਹੀ ਕਰਾਏਂਗੀ ਸਹੁਰੇ ਜਾ ਕੇ। ਰੋਸ਼ਨ ਹੀ ਆ, ਇਹਨੂੰ ਰੋਸ਼ਨ ਹੀ ਆਂਦੇ ਜਦੋਂ ਅਗਲੇ ਨੇ ਮਾਂ ਦੇ ਮਿਹਣੇ ਦਿੱਤੇ, ਤੇਰੀ ਮਾਂ ਨੇ ਤੈਨੂੰ ਇਹੋ ਕੁਛ ਸਿਖਾ ਕੇ ਘਲਾਇਆ ਸੀਗਾ। ਅੱਖਾਂ ਬੈੱਡਾਂ ਥੱਲੇ ਵੜੀ ਜਾਈ ਨਾ, ਜਦੋਂ ਅਗਲੇ ਮਹੀਨੇ ਬਾਅਦ ਆਪ ਝਾੜੂ ਲਾਉਣਗੇ ਤੇ ਫਿਰ ਤੇਰਾ ਨਾਂ ਰੋਸ਼ਨ ਕਰਨਗੇ ਵੀ ਸਾਡੀ ਨੂੰਹ ਜਿਹੜੀ ਆ ਨਾ ਉਹ ਕੂੜੇ ਵਾੜ ਦਿੰਦੀ ਬੈੱਡਾਂ ਥੱਲੇ ਝਾੜੂ ਲਾ ਕੇ। ਹਾਏ ਮੈਂ ਮਰ ਜਾ, ਹਾਏ ਦਾਦੀ ਨੇ ਇਹ ਆਖਿਆ, ਦਾਦੀ ਕਹਿੰਦੇ ਹੁੰਦੇ ਸੀ ਘਰੋਂ ਰਿਜਕ ਨੀ ਬਾਹਰ ਜਾਣ ਦੇਈਦਾ, ਤੁਸੀਂ ਆਪਣੇ ਸਾਸੂ ਮਾਂ ਦੇ ਗੱਲਾਂ ਚ ਕਹਿਣੇ ਚ ਚੱਲਦੇ ਨੀ ਜੇ ਮੈਂ ਆਗਿਆਕਾਰੀ ਆ। ਅੱਛਾ ਤੂੰ ਦਾਦੀ ਦੀ ਗੱਲ ਇਹ ਤੇ ਮੰਨ ਲਈ, ਦਾਦੀ ਨੇ ਇਹ ਥੋੜੀ ਕਿਹਾ ਸੀ ਵੀ ਕੂੜਾ ਬੈੱਡਾਂ ਥੱਲੇ ਵਾੜੀ ਦਾ, ਦਾਦੀ ਨੇ ਇਹ ਕਿਹਾ ਕਿ ਕੂੜਾ ਪੁੱਤ ਬਾਹਰ ਨੂੰ ਗਲੀ ਚ ਨੀ ਕੱਢੀ ਦਾ, ਘਰੋਂ ਰਿਜਕ ਜਾਂਦਾ ਵਾ। ਮੰਮਾ ਰਿਜਕ ਸਾਂਭੀ ਦਾ ਹੈ, ਕੱਢੀ ਦਾ ਨਹੀਂ ਹੈ। ਹਾਏ ਮੈਂ ਮਰ ਜਾ, ਮੈਂ ਕੀ ਕਰੂ ਇਹ ਕੁੜੀ ਦਾ, ਨਹੀਂ ਤੈਨੂੰ ਮੈਂ ਕਿੱਥੇ ਪਾਉਂਗੀ। ਫੁੱਲ ਰੀਲ ਜਿਹੜੀ ਆ ਤੁਹਾਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਜਾ ਕੇ ਵੇਖਣ ਨੂੰ ਮਿਲ ਜਾਏਗੀ, ਤੇ ਤੁਸੀਂ ਜਾਓ ਹੁਣੇ ਜਾਓ ਤੇ ਆਪਣੇ ਇੰਸਟਾਗ੍ਰਾਮ ਅਕਾਊਂਟ ਨੂੰ ਫੋਲੋ ਕਰੋ ਨਾਲੇ, ਤੇ ਨਾਲੇ ਜਾ ਕੇ ਆਪਣੀਆਂ ਫੁੱਲ ਵੀਡੀਓਜ਼ ਦੇਖੋ, ਉੱਥੇ ਬਹੁਤ ਹੀ ਵਧੀਆ ਵਧੀਆ ਤੇ ਬਹੁਤ ਹੀ ਮਜ਼ੇਦਾਰ ਰੀਲਸ ਆਪਾਂ ਉੱਥੇ ਅਪਲੋਡ ਕਰਦੇ ਹਾਂ, ਤੇ ਉਹਨਾਂ ਨੂੰ ਵਾਚ ਕਰੋ। ਤੇ ਬਸ ਅੱਜ ਦੀ ਵੀਡੀਓ ਇੰਨੀ ਆ, ਤੇ ਫਿਰ ਮੈਨੂੰ ਦੱਸਿਓ ਨਾਲੇ ਆਪਣੇ ਰਿਵਿਊ ਸ਼ੇਅਰ ਕਰਿਓ ਕਿ ਤੁਹਾਨੂੰ ਆਪਣੀਆਂ ਰੀਲਸ ਕਿਵੇਂ ਦੀਆਂ ਲੱਗਦੀਆਂ ਨੇ, ਤੇ ਸਟੋਰੀ ਜ਼ਰੂਰ ਮੈਨਸ਼ਨ ਕਰਿਓ, ਫਿਰ ਮੈਨੂੰ ਪਤਾ ਲੱਗ ਜਾਏਗਾ ਤੇ ਫਿਰ ਆਪਾਂ ਤੁਹਾਨੂੰ ਰਿਪਲਾਈ ਵੀ ਕਰਾਂਗੇ। ਮੈਂ ਆਪਣੀ ਸਟੋਰੀ 'ਤੇ ਤੁਹਾਡੀ ਮੈਨਸ਼ਨ ਕੀਤੀ ਸਟੋਰੀ ਵੀ ਲਗਾਵਾਂਗੀ ਤੇ ਤੁਹਾਡਾ ਨਾਮ ਜ਼ਰੂਰ ਮੈਨਸ਼ਨ ਕਰਾਂਗੀ। ਤੇ ਮਿਲਦੇ ਹਾਂ ਜੀ ਕੱਲ੍ਹ ਨੂੰ ਨਵੀਂ ਵੀਡੀਓ ਦੇ ਨਾਲ, ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮੱਚ ਫੋਰ ਵਾਚਿੰਗ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ, ਵੀਡੀਓ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਕੇ ਵੀ ਆਪਣਾ ਰਿਵਿਊ ਜ਼ਰੂਰ ਦੇ ਕੇ ਜਾਓ। ਬਾਏ।